ਸਤਿ ਸ਼੍ਰੀ ਅਕਾਲ ਜੀ। ਲਓ ਜੀ, ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ। ਇਦਾਂ ਦੇ ਸੂਟ ਆਪਾਂ ਤੁਹਾਨੂੰ ਪਹਿਲਾਂ ਵੀ ਲੈ ਕੇ ਆਏ ਸੀ ਇੱਕ ਵੀਡੀਓ ਦੇ ਵਿੱਚ। ਉਹ ਸੂਟ ਨਾ ਮੇਰੇ ਪਾਇਆ ਹੋਇਆ ਸੀਗਾ ਸੂਟ, ਕਾਫੀ ਟਾਈਮ ਪਹਿਲਾਂ ਸਵਾਇਆ ਸੀ ਮੈਂ, ਤੇ ਉਹ ਸੂਟ ਇੰਨਾ ਕੁ ਜ਼ਿਆਦਾ ਸਾਰਿਆਂ ਨੇ ਪਸੰਦ ਕੀਤਾ, ਫਿਰ ਅਸੀਂ ਉਹਦੇ ਨਾਲ ਦੇ ਸੂਟ ਲੈ ਕੇ ਆਏ ਤੇ ਉਹ ਵੀ ਮਤਲਬ ਅਸੀਂ ਸਾਰੇ ਭੇਜਤੇ, ਤੇ ਇਦੋਂ ਬਾਅਦ ਫਿਰ ਉਹਦੇ ਨਾਲ ਦੇ ਤਿਆਰ ਕਰਵਾਏ, ਤੇ ਹੁਣ ਮਤਲਬ ਕਿ ਇੰਨੀ ਜ਼ਿਆਦਾ ਉਹ ਸੂਟ ਦੀ ਡਿਮਾਂਡ ਆ ਰਹੀ ਸੀ ਸਾਡੇ ਕੋਲੇ, ਖਤਮ ਹੋ ਗਏ ਸੀ। ਸੋ ਆਪਾਂ ਸੇਮ ਉਸੇ ਬੇਸ ਦੇ ਉੱਤੇ ਚੈੱਕ ਵਾਲੇ ਦੇ ਲੈ ਕੇ ਆਏ ਆ ਸੂਟ। ਆਪਾਂ ਨਾਲ ਮੇਰੀ ਵੀਡੀਓ ਵੀ ਚਲਾ ਦਾਂਗੇ, ਤੁਸੀਂ ਵੀਡੀਓ ਵੀ ਵੇਖ ਲਿਓ। ਮੇਰੇ ਸੂਟ ਪਾਇਆ ਹੋਇਆ ਮੈਂ ਬਹੁਤ ਵਾਰੀ ਪਾਇਆ ਪਹਿਲਾਂ ਵਾਲੇ ਵਲੌਗਾਂ ਦੇ ਵਿੱਚ। ਬਾਕੀ ਜਿਹੜੇ ਆਹ ਵਾਲੇ ਸੂਟ ਆਪਾਂ ਨਵੇਂ ਲੈ ਕੇ ਆਏ ਤੁਹਾਡੇ ਵਾਸਤੇ, ਇਹ ਸਾਰੇ ਸੂਟਾਂ ਦੀਆਂ ਵੀਡੀਓ ਪ੍ਰੋਪਰ ਬਣਾ ਕੇ ਪਾਈਆਂ ਹੋਈਆਂ ਇੰਸਟਾਗ੍ਰਾਮ ਤੇ ਨਵਨੀਤ ਸੂਟ ਕਲੈਕਸ਼ਨ ਤੇ। ਸੋ ਨਾਲ ਆ ਵੀ ਰਿਹਾ, ਤੁਸੀਂ ਉਹਨੂੰ ਫੋਲੋ ਕਰ ਲਓ। ਬਾਕੀ ਜਿਹੜਾ ਪਹਿਲਾ ਕਮੈਂਟ ਹੋਊਗਾ ਉਹਦੇ 'ਚ ਆਪਾਂ ਪਿੰਨ ਕਰ ਦਾਂਗੇ, ਤੁਸੀਂ ਉੱਥੇ ਕਲਿੱਕ ਕਰਕੇ ਉੱਥੇ ਪਹੁੰਚੋਗੇ ਆਪਣੇ ਇੰਸਟਾਗ੍ਰਾਮ ਤੇ ਤੇ ਫੋਲੋ ਕਰ ਲਓ। ਜਾਣੀ ਜਿੰਨੇ ਵੀ ਨਵੇਂ ਸੂਟ ਨੇ ਉਹਨਾਂ ਦੀ ਤੁਸੀਂ ਵੀਡੀਓ ਬਾਅਦ 'ਚੋਂ ਵੇਖ ਦਿਓ, ਪਰ ਇੰਸਟਾਗ੍ਰਾਮ ਤੇ ਸਾਰੇ ਸੂਟਾਂ ਦੀਆਂ ਵੀਡੀਓ ਪਹਿਲਾਂ ਆ ਜਾਂਦੀਆਂ ਹੁੰਦੀਆਂ। ਸੋ ਤੁਸੀਂ ਜ਼ਰੂਰ ਫੋਲੋ ਕਰ ਲਓ। ਮਤਲਬ ਇਹ ਸੂਟ ਇੰਨੇ ਕੁ ਜ਼ਿਆਦਾ ਸਾਰਿਆਂ ਨੂੰ ਪਸੰਦ ਆਇਆ ਸੀਗਾ, ਸੋ ਆਪਾਂ ਬੇਸ ਉਹੀ ਰੱਖਿਆ। ਚੈੱਕ ਆ ਵੇਖੋ, ਵੱਡਾ ਚੈੱਕ ਆ ਥੋੜ੍ਹਾ ਜਿਹਾ, ਇੱਕ ਬਰੀਕ ਚੈੱਕ ਆ, ਅਤੇ ਕੁਛ ਆ ਵਾਲੇ ਆ ਵੇਖੋ। ਸੇਮ ਬੇਸ ਆ, ਬਸ ਥੋੜ੍ਹਾ ਥੋੜ੍ਹਾ ਕਢਾਈ ਦਾ ਫਰਕ ਪਾਤਾ, ਕਿਉਂਕਿ ਹਰੇਕ ਨੂੰ ਐਂ ਹੁੰਦਾ ਵੀ ਇਹਨੇ ਵੀ ਪਾ ਲਿਆ ਉਹਨੇ ਵੀ ਪਾ ਲਿਆ, ਵੀ ਇੱਕੋ ਜਿਹੇ ਹੋ ਗਏ, ਹੁਣ ਆਪਾਂ ਨਵੀਂ ਚੀਜ਼ ਲਈਏ। ਸੋ ਆਪਾਂ ਸੇਮ ਬੇਸ ਦੇ ਉੱਤੇ ਚੈੱਕ ਦੇ ਉੱਤੇ ਡਿਫਰੈਂਟ ਡਿਫਰੈਂਟ ਕਢਾਈ ਲੈ ਕੇ ਆਏ ਤੁਹਾਡੇ ਲਈ। ਸੋ ਬਹੁਤ ਸੋਹਣੇ ਸੂਟ ਆ। ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਬਿਲਕੁਲ ਨਵੀਂ ਚੀਜ਼ ਤੋਂ। ਇਹ ਬਿਲਕੁਲ ਨਵੀਂ ਚੀਜ਼ ਆ, ਇਹ ਦੇਖੋ ਇਹ ਬਣਿਆ ਉਵੇਂ ਹੀ ਆ ਜਿਵੇਂ ਮੇਰਾ ਸੂਟ ਸੀਗਾ ਚੈੱਕ ਦੇ ਉੱਤੇ ਹੀ, ਬਟ ਸਿਰਫ ਸਟਾਈਲ ਆਪਾਂ ਚੇਂਜ ਕਰਤਾ, ਇਹਦੇ ਤੇ ਵਰਕ ਕਰਾਇਆ ਚਿੜੀਆਂ ਵਾਲਾ, ਵੇਖੋ ਬਹੁਤ ਸੋਹਣਾ। ਬਾਕੀ ਮੇਨ ਗੱਲ ਇਹਨਾਂ ਸੂਟਾਂ ਦੀ ਇਹ ਆ ਵੀ ਗਰਮੀ ਦੇ ਵਿੱਚ ਇੰਨਾ ਕੁ ਜ਼ਿਆਦਾ ਸੋਫਟ ਕੱਪੜਾ, ਅਤੇ ਇਹਦੇ ਨੀਚੇ ਲਾਈਨਿੰਗ ਲਗਾਉਣ ਦੀ ਲੋੜ ਨਹੀਂ। ਸੋ ਵੇਖੋ ਇੱਧਰ ਬਹੁਤ ਵਧੀਆ ਕੱਪੜਾ ਇਹ, ਅਤੇ ਆਹ ਵੇਖੋ ਚਿੜੀਆਂ ਵਾਲਾ ਬੇਸ, ਅਤੇ ਇਹਦੇ ਨਾਲ ਜਿਹੜੀ ਬੋਟਮ ਆ ਉਹ ਹੈਗੀ ਆ ਆਫ ਵਾਈਟ, ਵੇਖੋ। ਬਾਕੀ ਜਿਹੜੇ ਇਹ ਵਾਲੇ ਸੂਟ ਹੁੰਦੇ ਆ ਨਾ, ਇਹਨਾਂ ਨੂੰ ਕੁੜੀਆਂ ਜਿਵੇਂ ਜਿਹੜੀਆਂ ਕਾਲਜ ਜਾਂਦੀਆਂ ਜਾਂ ਜਿਵੇਂ ਮੇਰੀ ਏਜ ਦੀਆਂ ਹੋ ਗਈਆਂ ਜਾਂ ਜਿਵੇਂ ਥੋੜ੍ਹੀਆਂ ਹੁੰਦੀਆਂ ਆਪਣੀ ਮੰਮੀ ਵਰਗੀਆਂ ਆਂਟੀਆਂ ਹੁੰਦੀਆਂ, ਉਹ ਵੀ ਪਾ ਸਕਦੇ ਆ। ਸਭ ਦੇ ਪਾਇਆ ਬਹੁਤ ਸੋਹਣਾ ਲੱਗੂਗਾ, ਇਹਨੂੰ ਡਿਫਰੈਂਟ ਸਟਾਈਲ ਦੇ ਵਿੱਚ ਸਵਾ ਸਕਦੇ ਹਾਂ, ਕਿਉਂਕਿ ਜਿਹੜੀ ਇਹਦੀ ਬੋਟਮ ਆ ਉਹ ਹੈਗੀ ਆ ਮਸਲੀਨ ਕੋਟਨ ਦੀ। ਸੋ ਇਹਨੂੰ ਜੇ ਆਪਾਂ ਸ਼ਰਾਰਾ ਬਣਾ ਲਈਏ ਨਾ ਇਹਦੇ ਨਾਲ, ਸੋ ਬਹੁਤ ਸੋਹਣਾ ਲੱਗੂਗਾ। ਸਲਵਾਰ ਤਾਂ ਇਹਦੇ ਨਾਲ ਬਣੀ ਜਾਣੀ ਆ, ਉਹ ਤੁਹਾਡੀ ਮਰਜ਼ੀ ਆ ਕਿ ਤੁਸੀਂ ਕਿੱਦਾਂ ਸਵਾਉਣਾ। ਬਾਕੀ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਹੈਗਾ ਗੋਟਾ ਡੋਰੀ ਦਾ। ਸੋ ਬਹੁਤ ਸੋਹਣਾ ਡਿਫਰੈਂਟ ਜਿਹਾ ਦੁਪੱਟਾ ਤਿਆਰ ਕਰਾਇਆ, ਆਹ ਵੇਖੋ ਉਵੇਂ ਛਿੜੀਆਂ ਬਣੀਆਂ ਹੋਈਆਂ ਦੁਪੱਟੇ ਦੇ ਉੱਤੇ। ਬਾਕੀ ਦੁਪੱਟੇ ਸਾਡੇ ਬਹੁਤ ਸੋਹਣੇ ਹੁੰਦੇ ਆ ਸਾਰਿਆਂ ਨੇ, ਮਤਲਬ ਜਿੰਨੀਆਂ ਵੀ ਅਸੀਂ ਵੀਡੀਓ ਦੇ ਵਿੱਚ ਆਪਾਂ ਸੂਟ ਦਿਖਾਇਆ ਜਿਨ੍ਹਾਂ ਨੂੰ ਵੀ ਭੇਜਿਆ, ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਤੁਹਾਡੇ ਦੁਪੱਟੇ ਅਤੇ ਕੱਪੜੇ ਦਾ ਸਟੱਫ ਬਹੁਤ ਵਧੀਆ ਹੁੰਦਾ। ਸੋ ਸਾਨੂੰ ਬਹੁਤ ਵਧੀਆ ਲੱਗਦਾ। ਬਾਕੀ ਆਪਣੇ ਜਿਹੜੇ ਸੂਟਾਂ ਦੇ ਰਿਵਿਊ ਜਿਹੜੇ ਵੀ ਭੇਜਦਾ ਵੀ ਸੂਟ ਬਹੁਤ ਸੋਹਣੇ ਆ, ਉਹ ਆਪਾਂ ਸਾਰੇ ਇੰਸਟਾਗ੍ਰਾਮ 'ਤੇ ਪਾਏ ਹੋਏ ਆ, ਸੋ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ। ਅਤੇ ਨੈਕਸਟ ਸੂਟ ਹੈਗਾ ਇਹ ਵਾਲਾ, ਜਿਹੜਾ ਸੂਟ ਹੁਣ ਤੁਹਾਨੂੰ ਚੈੱਕ ਵਾਲਾ ਦਿਖਾਇਆ ਸੀ, ਇਹ ਥੋੜ੍ਹਾ ਮਤਲਬ ਚੈੱਕ ਸੀਗਾ ਉਹ ਥੋੜ੍ਹਾ ਵੱਡਾ ਸੀਗਾ, ਅਤੇ ਆਹ ਹੁਣ ਹੈਗਾ ਬਰੀਕ ਚੈੱਕ ਵਾਲਾ, ਬਟ ਇਹਦੇ ਵਿੱਚ ਉਹ ਕਢਾਈ ਵਾਲਾ ਸੀ, ਅਤੇ ਇਹਦੇ 'ਤੇ ਆਪਾਂ ਕਰਾਇਆ ਪੇਂਟ ਵੀ ਕਰਾਇਆ ਅਤੇ ਕਢਾਈ ਵੀ ਕਰਾਈ ਆ, ਦੋਨੋਂ ਚੀਜ਼ਾਂ ਹੋ ਗਈਆਂ। ਮੈਨੂੰ ਤਾਂ ਬਾਕੀ ਜਦੋਂ ਸੂਟ ਮੈਂ ਤਿਆਰ ਕਰਾਉਂਦੀ ਹੁੰਦੀ ਹਾਂ ਅਤੇ ਮਿਲਦੇ ਆ, ਮੈਨੂੰ ਤਾਂ ਉਦੋਂ ਐਂ ਹੁੰਦਾ ਵੀ ਮੈਂ ਆਹ ਵੀ ਸਵਾਲਾਂ ਆਹ ਵੀ ਸਵਾਲਾਂ ਆਹ ਵੀ ਸਵਾਲਾਂ। ਆਹ ਵੇਖੋ ਇਹ ਹੈਗਾ ਪੇਂਟ ਕੀਤਾ ਹੋਇਆ, ਆਹ ਵਾਲੀ ਆਹ ਕਢਾਈ ਕੀਤੀ ਹੋਈ ਆ, ਵੇਖੋ ਬੜੀ ਡਿਫਰੈਂਟ ਜਿਹੀ ਕਢਾਈ ਕੀਤੀ ਆ, ਅਤੇ ਆਹ ਉੱਪਰ ਪੇਂਟ ਕੀਤਾ ਹੋਇਆ। ਸੋ ਇਹਦੇ ਗਲੇ ਦਾ ਕੋਈ ਚੱਕਰ ਨਹੀਂ, ਗਲਾ ਜਿੱਥੇ ਮਰਜ਼ੀ ਬਣ ਜਾਵੇ। ਸੋ ਵੇਖੋ ਜਮੀਤ ਇਹ ਥੋੜ੍ਹਾ ਜਿਹਾ ਉਹ ਵਾਲਾ ਸੂਟ ਆ ਜਿਹੜਾ ਪਰਪਲ ਜਿਹਾ ਮੈਂ ਨਹੀਂ ਸਵਾਇਆ ਸੀਗਾ ਪੇਂਟ ਵਾਲਾ, ਆਪਾਂ ਉਹ ਵੀਡੀਓ ਵੀ ਲਾਵਾਂਗੇ। ਮੈਂ ਪਰਪਲ ਕਲਰ ਦੇ ਵਿੱਚ ਸਵਾਇਆ ਸੀ ਪਰ ਉਹ ਚੈੱਕ ਨਹੀਂ ਸੀਗਾ, ਉਹ ਵੈਸੇ ਸੀਗਾ ਪਰਪਲ ਕਲਰ ਦਾ, ਅਤੇ ਸੇਮ ਪੇਂਟ ਇੱਦਾਂ ਦਾ ਹੀ ਕੀਤਾ ਹੋਇਆ ਉਹਦੇ 'ਤੇ। ਅਤੇ ਬਾਕੀ ਮੇਨ ਗੱਲ ਇਹ ਆ, ਸਾਨੂੰ ਕਾਫੀ ਜਿਹੜੇ ਕਹਿ ਰਹੇ ਸੀਗੇ ਕਿ ਜਿਹੜੀਆਂ ਬੋਟਮ ਹੁੰਦੀਆਂ ਤੁਸੀਂ ਉਹਦੀਆਂ ਲੈ ਕੇ ਆਇਓ ਚਿਕਨ ਦੀਆਂ, ਵੀ ਇੱਦਾਂ ਕਢਾਈ ਕੀਤੀ ਹੁੰਦੀ ਆ, ਸੋ ਆਪਾਂ ਆਹ ਵਾਲੀ ਬੋਟਮ ਲੈ ਕੇ ਆਏ ਹਾਂ। ਆਹ ਵੇਖੋ ਇਹਦੇ 'ਤੇ ਕਢਾਈ ਕੀਤੀ ਹੋਈ ਆ। ਸੋ ਇਹਨੂੰ ਤੁਸੀਂ ਪਲਾਜ਼ੋ ਵੀ ਬਣਵਾ ਸਕਦੇ ਹੋ ਜਾਂ ਹੁਣ ਜਿਵੇਂ ਕਟਾਮਾ ਵਾਲੀ ਸਲਵਾਰ ਚੱਲੀ ਆ ਤੁਸੀਂ ਉਹ ਵੀ ਬਣਵਾ ਸਕਦੇ ਹੋ, ਤੁਹਾਡੀ ਮਰਜ਼ੀ ਆ। ਸੋ ਇਹ ਵੀ ਸੂਟ ਬਹੁਤ ਸੋਹਣਾ, ਅਤੇ ਇਹਦੀਆਂ ਬਾਹਾਂ ਦੇ ਉੱਤੇ ਵੀ ਪੇਂਟ ਕੀਤਾ ਹੋਇਆ, ਅਤੇ ਬਾਕੀ ਇਹਦੀ ਜਿਹੜੀ ਚੁੰਨੀ ਆ ਉਹ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਆ। ਵੇਖੋ ਚੁੰਨੀ ਇਹਦੀ ਹੈਗੀ ਆ ਔਰਗੈਂਜ਼ਾ ਦੀ। ਚੁੰਨੀ ਬਾਕੀ ਆ, ਚੁੰਨੀਆਂ ਤੁਸੀਂ ਦੇਖ ਸਕਦੇ ਹੋ ਮੈਂ ਜਿਵੇਂ ਖੋਲ੍ਹੀ ਆ, ਚੁੰਨੀ ਸਾਰੀ ਬਹੁਤ ਚੌੜੀ ਹੁੰਦੀ ਆ ਅਤੇ 2.5 ਮੀਟਰ ਦੀ ਚੁੰਨੀ ਆ, ਇਹਦੇ ਵੀ ਆਹ ਸਾਰਾ ਪੇਂਟ ਕੀਤਾ ਹੋਇਆ, ਅਤੇ ਚੁੰਨੀ ਦੇ ਪੱਲਿਆਂ ਦੇ ਉੱਤੇ ਆਹ ਕਢਾਈ ਕੀਤੀ ਆ, ਵੇਖੋ ਸ਼ਰਟ ਨਾਲ ਦੀ। ਸੋ ਤੁਸੀਂ ਇੱਦਾਂ ਦੇ ਸੂਟ ਆਮ ਦੁਕਾਨਾਂ 'ਤੇ ਵੇਖੋਗੇ ਤੁਹਾਨੂੰ ਉੱਥੋਂ ਨਹੀਂ ਮਿਲਣੇ, ਇਹ ਸਪੈਸ਼ਲ ਤਿਆਰ ਕਰਵਾਉਣੇ ਪੈਂਦੇ ਆ ਕਹਿ ਕੇ, ਕਿਉਂਕਿ ਵੇਖੋ ਇਹਦੇ 'ਚ ਸਾਰਾ ਕੁਛ ਹੀ ਆ ਗਿਆ,
कॉटन भी आ गई ते आह वाला दुपट्टा भी आ गया ऑर्गेंजा ते ऑर्गेंजा दे दुपट्टे ते पेंट भी किया ते कढ़ाई भी की आ। सो ये भी सूट बहुत ज़्यादा सोहना वा। तो नैक्सट आप तुम्हें दिखाने आ हैगा येलो कलर का, फिर छोटी चैक आ गई एखो ये वाला जोड़ा चैक सूट आप चैक वाले दिखाए से वह भी हैगा सूट, वह भी दिखावे पहला वाले बट यदि कढ़ाई का फर्क आ ये आ पूरी प्रोपर कढ़ाई उपर तक जाती है, ये भी गले की कोई चक्कर नहीं, गला कित भी बन सकता, मेन सिर्फ घेरा तो तू आह कढ़ाई जाती है यही आ। यह हैगी शर्ट, यदि देखो शर्ट बहुत सोहनी आ, तो यदि जी बॉटम आ वह भी कॉटन की आ, तो यह लाइना वाली आखो। तो बाकी मेन गल ये सारे सूट ही वधिया ते बने हुए, इन्हां नीचे लाइनिंग की बिल्कुल भी लोड़ नहीं हैगी। तो ये जिहड़ा दुपट्टा वह हैगा मसलीन का, मसलीन का दुपट्टा प्रोपर कढ़ाई कराया हुआ देखो। सो बहुत सोहना सूट है भी। तो जिहड़े सूट की मैं गल करती सी कि आप पहला भी लैके आए थे, सो यह सूट मतलब बहुत ज़्यादा डिमांड कर रहे हैं, आ सूट को देख के असं सारे सूट रेडी करवाए थे क्योंकि सारे जने वारी वारी ये सूट ही मंग रहे हैं। सो ये नाल दा भी अपने को एक हैगा, आप सब तो पहला मैं अपना सूट तैयार करवाया उस तो बाद आ वाले तैयार करवाए थे। सो ये भी हैगा ऑरेंज कलर का, उम्मीद चैक आ ये सब तो मोटी वाली चैक आ जी हैगी, नीचे जी लाइनिंग की लोड़ नहीं आ देखो। यदि जी बॉटम आ वाली हाँ ऑरेंज, तो ये भी जो दुपट्टा वो मसलीन का, सो ये भी सूट बहुत ज़्यादा सोहना, मैनू ये सारे सूट ही सोहने लगे आ। तो जिहड़ा आपां तुहानू पहला दिखाया सी उहदे च आपां एक ऑरेंज कलर का भी तैयार करवाया, ये थोड़ी वड्डी चैक वाला ते आ ब्रीक चैक वाला आ गया। इन्ह सारे का बेस सेम आ, कपड़ा सेम आ, बस सिर्फ कढ़ाई का फर्क पै गया आखो, ये इदा कढ़ाई कराई आ। तो ये जी बॉटम आ वह सेम उदा ही आई सी, तो दुपट्टा भी सेम ही आखो, बस सिर्फ कढ़ाई का फर्क पै गया। ਉਵੇਂ ਵਰਕ ਕੀਤਾ ਹੋਇਆ ਆ ਕਟਾਨ ਬਣੇ ਹੋਏ ਨੇ ਤੇ ਮਸਲੀਨ ਦਾ ਦੁਪੱਟਾ ਇਹਦੇ ਨਾਲ। ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਨੈਕਸਟ ਸੂਟ, ਆ ਵੀ ਸੂਟ ਬਹੁਤ ਸੋਹਣੇ ਆ, ਇਹ ਬੜੇ ਡਿਜ਼ਾਈਨਰ ਜੇ ਸੂਟ ਆ ਜਿਹੜੇ ਆਹ ਵਾਲੇ ਆ ਡਿਫਰੈਂਟ ਜਿਹੇ ਸਟਾਈਲ ਦੇ ਆ, ਤੇ ਆਪਾਂ ਤੁਹਾਨੂੰ ਇਹ ਦਿਖਾਉਂਦੇ ਆ ਆ ਦੇਖੋ। ਇਹ ਵੀ ਜਿਵੇਂ ਚੈੱਕ ਵਾਲਾ ਬੇਸ ਹੀ ਆ ਸਾਰਾ, ਉਹ ਜਿਵੇਂ ਡੱਬੀ ਵਾਲੀ ਚੈੱਕ ਆ, ਇਹ ਲਾਈਨਸ ਬਣੀਆਂ ਹੋਈਆਂ ਨੇ ਤੇ ਉੱਤੇ ਕਢਾਈ ਕੀਤੀ ਹੋਈ ਆ, ਇਹਦੇ ਗਲੇ ਦਾ ਕੋਈ ਚੱਕਰ ਨਹੀਂ। ਇਹ ਦੇਖੋ ਜਿਵੇਂ ਫੁੱਲ ਆ, ਆਹ ਦੇਖੋ ਫੁੱਲ ਦੇ ਉੱਤੇ ਪੇਂਟ ਕਰਕੇ ਇੱਥੇ ਦੇਖੋ ਆਹ ਕਢਾਈ ਕੀਤੀ ਹੋਈ ਆ। ਸੋ ਇਹਦੇ ਗਲੇ ਦਾ ਕੋਈ ਚੱਕਰ ਨਹੀਂ ਕਿਉਂਕਿ ਜਿਹੜਾ ਆਹ ਲਗਾਇਆ ਹੋਇਆ ਇਹ ਪੱਟੀ ਲੱਗੀ ਹੋਈ ਆ, ਇਹ ਪੱਟੀ ਉੱਪਰ ਨੀਚੇ ਹੋ ਜੂਗੀ, ਅਤੇ ਜਿਹੜਾ ਨੀਚੇ ਨੀਚੇ ਵੀ ਪੱਟੀ ਲੱਗੀ ਹੋਈ ਆ ਉਹ ਵੀ ਉੱਪਰ ਹੋ ਜੂਗੀ। ਸੋ ਲੈਂਥ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਸੂਟ ਦੀ, ਲੈਂਥ ਦਾ ਕੋਈ ਚੱਕਰ ਨਹੀਂ। ਬਾਕੀ ਮੇਨ ਗੱਲ ਇਹ ਆ ਇਹਦੀ ਜਿਹੜੀ ਬੋਟਮ ਆ, ਔਰ ਬੋਟਮ ਬਹੁਤ ਸੋਹਣੀ ਤਿਆਰ ਕਰਵਾਈ ਆ, ਇਹਨੂੰ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ, ਜਿਹੜਾ ਪੈਂਟ ਪਲਾਜ਼ੋ ਹੁੰਦਾ ਜਾਂ ਦੂਜਾ ਵੀ ਦੇਖੋ, ਬੜੇ ਡਿਫਰੈਂਟ ਸਟਾਈਲ ਦੀ ਆ। ਬਾਕੀ ਇਹਦੇ ਨੀਚੇ ਵੀ ਲਾਈਨਿੰਗ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ, ਸੂਟ ਬਹੁਤ ਸੋਹਣਾ ਵਾ, ਇਹ ਸੌਫਟ ਕੋਟਨ ਆ, ਅਤੇ ਇਹਦੇ ਜਿਹੜਾ ਦੁਪੱਟਾ ਉਹ ਹੈਗਾ ਔਰਗੈਂਜ਼ਾ ਦਾ, ਇਹਦੇ ਉੱਤੇ ਪੇਂਟ ਵੀ ਆ ਅਤੇ ਕਢਾਈ ਵੀ ਕੀਤੀ ਹੋਈ ਆ। ਦੁਪੱਟੇ ਪੂਰੇ ਵੱਡੇ ਆ ਨਾਲੇ, ਇਹ ਵੀ ਸੂਟ ਬਹੁਤ ਸੋਹਣਾ, ਇਹਦੇ 'ਚ ਆਪਣੇ ਕੋਲ ਕਲਰ ਹੋਰ ਵੀ ਹੈਗੇ ਆ, ਸੋ ਤੁਸੀਂ ਕਲਰ ਆਪਣੀ ਪਸੰਦ ਨਾਲ ਲੈ ਸਕਦੇ ਹੋ। ਨੈਕਸਟ ਹੈਗਾ ਸਕਾਈ ਬਲੂ ਕਲਰ, ਵੀ ਇਹ ਸੇਮ ਆ, ਬਸ ਸਿਰਫ ਕਢਾਈ ਦਾ ਅਤੇ ਪੇਂਟ ਦੇ ਕਲਰ ਦਾ ਫਰਕ ਪੈ ਗਿਆ, ਅਤੇ ਜਿਹੜੇ ਕਲਰ ਦੀ ਕਢਾਈ ਆ ਉਸੇ ਕਲਰ ਦੀ ਆਪਾਂ ਸਲਵਾਰ ਤਿਆਰ ਕਰਵਾਈ ਆ ਅਤੇ ਉੱਤੇ ਵਰਕ ਕਰਾਇਆ ਹੋਇਆ। ਆਹ ਸਲਵਾਰ ਆ, ਅਤੇ ਇਹਦਾ ਦੁਪੱਟਾ ਦਿਖਾਉਂਦੇ ਹਾਂ ਤੁਹਾਨੂੰ,
ਆ ਵੇਖੋ ਇਹਦੇ ਨਾਲ ਦੁਪੱਟਾ ਉਵੇਂ ਔਰਗੈਂਜ਼ਾ ਦਾ ਤੇ ਉਵੇਂ ਆ ਦੁਪੱਟੇ ਤੇ ਵੀ ਪੇਂਟ ਕੀਤਾ ਤੇ ਵਰਕ ਕੀਤਾ ਹੋਇਆ ਸੋ ਇਹ ਵੀ ਸੂਟ ਬਹੁਤ ਸੋਹਣਾ ਬੜੇ ਡਿਫਰੈਂਟ ਸਟਾਈਲ ਦੇ ਸਾਰੇ ਦੁਪੱਟੇ ਤਿਆਰ ਕਰਵਾਏ ਆ ਕਿ ਵੀ ਹਰ ਵਾਰੀ ਆ ਸਾਨੂੰ ਐਂ ਹੁੰਦਾ ਵੀ ਨਵੀਂ ਚੀਜ਼ ਲੈ ਕੇ ਆਈਏ ਤੇ ਇਹਦੇ ਵਿੱਚ ਇੱਕ ਕਲਰ ਹੋਰ ਵੀ ਆ ਆ ਵੇਖੋ ਇਹਦੇ ਵਿੱਚ ਹੈਗਾ ਯੈਲੋ ਪੇਂਟ ਆ ਗਿਆ ਉਵੇਂ ਯੈਲੋ ਪੱਟੀ ਆ ਗਈ ਤੇ ਸਲਵਾਰ ਜਿਹੜੀ ਆ ਗਈ ਉਹ ਹੈਗੀ ਯੈਲੋ ਕਲਰ ਦੀ ਇਹ ਸਲਵਾਰ ਜ਼ਰੂਰੀ ਨਹੀਂ ਤੁਸੀਂ ਸਲਵਾਰ ਹੀ ਬਣਾਉਣੀ ਹੈ ਤੇ ਤੁਸੀਂ ਪੈਂਟ ਪਲਾਜ਼ੋ ਸ਼ਰਾਰਾ ਕੁਛ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਆ ਉਹ ਤੇ ਇਹਦਾ ਵੀ ਸੇਮ ਉਦਾਂ ਹੀ ਦੁਪੱਟਾ ਬਸ ਸਿਰਫ ਕਲਰ ਦਾ ਚੇਂਜ ਹੋ ਗਿਆ ਬਾਕੀ ਸਾਰਾ ਕੁਛ ਸੇਮ ਹੀ ਆ ਸੋ ਇਹ ਵੀ ਸੂਟ ਬਹੁਤ ਜ਼ਿਆਦਾ ਸੋਹਣਾ ਵਾ ਬਾਕੀ ਮੇਨ ਗੱਲ ਇਹ ਆ ਕਿ ਬੜਾ ਡਿਫਰੈਂਟ ਆ ਸਟਾਈਲ ਆ ਜਿਵੇਂ ਸ਼ਰਟ ਆ ਅਤੇ ਆਹ ਬੋਟਮ ਹੋ ਗਈ ਉਹਦੇ ਪੌਂਚਿਆਂ 'ਤੇ ਕਢਾਈ ਆ ਸੋ ਬਿਲਕੁਲ ਡਿਫਰੈਂਟ ਲੱਗੂਗਾ ਇਹ ਵਾਲਾ ਸੂਟ ਇਹਨਾਂ 'ਚ ਇੱਕ ਮੈਂ ਵੀ ਸਵਾਉਂਗੀ ਨੈਕਸਟ ਆ ਗਿਆ ਇਹਦੇ ਵਿੱਚ ਹੈਗਾ ਪਿੰਕ ਕਲਰ ਪਿੰਕ ਕਲਰ ਅਤੇ ਉੱਦਾਂ ਹੀ ਕਢਾਈ ਕੀਤੀ ਹੋਈ ਆ ਪੌਂਚਿਆਂ ਦੇ ਉੱਤੇ ਸਾਰੇ ਸੂਟ ਹੀ ਬਹੁਤ ਜ਼ਿਆਦਾ ਰੀਜਨਲ ਤਿਆਰ ਕਰਵਾਏ ਹੋਏ ਜਿਵੇਂ ਮੈਂ ਤੁਹਾਨੂੰ ਹੁਣ ਹੱਥ ਲਾ ਕੇ ਵੀ ਦਿਖਾ ਦਿੰਦੀ ਹਾਂ ਹੈ ਨਾ ਕਿ ਬਈ ਇਹਨਾਂ ਸੂਟਾਂ ਥੱਲੇ ਲਾਈਨਿੰਗ ਦੀ ਲੋੜ ਨਹੀਂ ਹੁੰਦੀ ਬਹੁਤ ਸੌਫਟ ਸੂਟ ਆ ਇਹ ਅਤੇ ਆ ਵੇਖੋ ਬਾਕੀ ਤੁਹਾਡੀ ਮਰਜ਼ੀ ਆ ਕਈ ਕਈਆਂ ਨੂੰ ਹੁੰਦਾ ਵੀ ਲਾਈਨਿੰਗ ਲਵਾਏ ਬਿਨਾਂ ਨਹੀਂ ਵੀ ਪਾਉਂਦੇ ਸੋ ਲਗਵਾ ਵੀ ਸਕਦੇ ਹੋ ਐਡੀ ਕੋਈ ਗੱਲ ਨਹੀਂ ਪਰ ਲਾਈਨਿੰਗ ਤੋਂ ਬਿਨਾਂ ਵੀ ਆਪਾਂ ਪਾ ਸਕਦੇ ਹਾਂ ਅਤੇ ਦੁਪੱਟਾ ਵੇਖੋ ਉਵੇਂ ਪਿੰਕ ਕਲਰ ਦੀ ਕਢਾਈ ਆ ਬਾਕੀ ਸੇਮ ਹੀ ਆ ਅਤੇ ਆਪਾਂ ਜਿਹੜਾ ਤੁਹਾਨੂੰ ਇੱਕ ਚਿਕਨ ਦੀ ਸਲਵਾਰ ਵਾਲਾ ਸੂਟ ਦਿਖਾਇਆ ਸੀ ਉਹਦੇ 'ਚ ਇੱਕ ਕਲਰ ਹੋਰ ਵੀ ਆ ਜਿਹਦੇ 'ਤੇ ਪੇਂਟ ਕੀਤਾ ਸੀਗਾ ਆ ਵੇਖੋ ਜਿਹੜਾ ਮੈਂ ਤੁਹਾਨੂੰ ਦੱਸਦੀ ਸੀ ਮੇਰੇ ਪਰਪਲ ਸੂਟ ਨਾਲ ਦਾ ਆਪਾਂ ਵੀਡੀਓ ਵੀ ਲਾਵਾਂਗੇ ਵਿੱਚ ਆ ਵੇਖੋ ਉਵੇਂ ਇਹਦੇ ਘੇਰੇ 'ਤੇ ਕਢਾਈ ਕੀਤੀ ਹੋਈ ਆ ਆ ਵੇਖੋ ਅਤੇ ਆਹ ਪੇਂਟ ਕੀਤਾ ਹੋਇਆ ਇਹਦੀਆਂ ਬਾਹਾਂ ਬਣੀਆਂ ਹੋਈਆਂ ਅਤੇ ਆਹ ਇਹਦਾ ਪਲਾਜ਼ੋ ਚਾਹੇ ਸਲਵਾਰ ਬਣਾ ਲਓ ਕੁਛ ਵੀ ਬਣਾ ਲਓ ਤੁਹਾਡੀ ਮਰਜ਼ੀ ਆ ਅਤੇ ਇਹਦਾ ਦੁਪੱਟਾ ਵੇਖੋ ਦੁਪੱਟਾ ਇਹਦਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਸੋ ਦੁਪੱਟੇ ਸੂਟਾਂ ਦੇ ਸਾਰੇ ਬਹੁਤ ਰੀਜਨਾਂ ਬਣਵਾਏ ਆ ਦੇਖੋ ਆਹ ਇੱਦਾਂ ਕੰਨੀ 'ਤੇ ਫਲਾਵਰ ਬਣਿਆ ਅਤੇ ਆਹ ਕਢਾਈ ਕੀਤੀ ਹੋਈ ਆ ਇੱਦਾਂ ਹੀ ਇੱਧਰਲੇ ਪਾਸੇ ਆ ਫਲਾਵਰ ਬਣਿਆ ਅਤੇ ਕਢਾਈ ਕੀਤੀ ਹੋਈ ਆ ਸੋ ਇਹ ਹੋ ਗਏ ਸਾਰੇ ਸੂਟ ਆਪਾਂ ਜਿੰਨੇ ਵੀ ਚੈੱਕ ਬੇਸ 'ਤੇ ਸੂਟ ਤਿਆਰ ਕਰਵਾਏ ਸੀ ਉਹ ਸਾਰੇ ਤੁਹਾਨੂੰ ਦਿਖਾਤੇ ਸੋ ਸਾਰਿਆਂ ਨੂੰ ਇਹ ਸੂਟ ਇੰਨੇ ਪਹਿਲਾਂ ਪਸੰਦ ਆਏ ਸੀ ਸਾਰਿਆਂ ਦੇ ਰਿਵਿਊ ਵੀ ਭੇਜੇ ਹੋਇਆ ਉਹ ਆਪਾਂ ਇੰਸਟਾਗ੍ਰਾਮ 'ਤੇ ਸਾਰੇ ਲਾਏ ਹੋਏ ਆ ਸੋ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਆਪਣੇ ਇੰਸਟਾਗ੍ਰਾਮ 'ਤੇ ਨਾਲੇ ਆਪਣੇ ਇੰਸਟਾਗ੍ਰਾਮ ਨਵਨੀਤ ਸੂਟ ਕਲੈਕਸ਼ਨ ਨੂੰ ਫੋਲੋ ਕਰ ਲਓ ਬਾਕੀ ਆਪਣਾ ਚੈਨਲ ਜਗਮੀਤ ਬਰਾੜ ਵੀਲੌਗਸ ਇਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਹਰ ਵਾਰੀ ਨਵੇਂ ਨਵੇਂ ਸੂਟ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਆਹ ਵੀ ਸੂਟ ਬਿਲਕੁਲ ਨਵੇਂ ਸੀਗੇ ਜਿਹੜੇ ਮੈਂ ਤੁਹਾਨੂੰ ਅੱਜ ਪਹਿਲੀ ਵਾਰੀ ਦਿਖਾ ਰਹੀ ਹਾਂ ਕੁਛ ਸੂਟ ਤਾਂ ਤੁਸੀਂ ਦੇਖੇ ਸੀ ਜਿਹੜੇ ਚੈੱਕ ਵਾਲੇ ਸੀ ਅਤੇ ਜਿਹੜੇ ਦੂਜੇ ਆ ਉਹ ਨਵੇਂ ਤਿਆਰ ਕਰਵਾਏ ਸੀ ਉਹ ਅੱਜ ਪਹਿਲੀ ਵਾਰੀ ਦਿਖਾਏ ਆ ਸੋ ਹਰ ਵਾਰੀ ਆਪਾਂ ਨਵੇਂ ਨਵੇਂ ਸੂਟ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਰਿਆਂ ਦੇ ਵਿੱਚੋਂ ਸਭ ਤੋਂ ਸੋਹਣਾ ਸੂਟ ਕਿਹੜਾ ਲੱਗਿਆ ਸੋ ਆਪਾਂ ਫਿਰ ਉਹ ਵਾਲਾ ਸੂਟ ਅਗਲੀ ਵਾਰ ਤੋਂ ਜ਼ਿਆਦਾ ਤਿਆਰ ਕਰਵਾਇਆ ਕਰਾਂਗੇ ਉਹਨੂੰ ਥੋੜ੍ਹਾ ਡਿਫਰੈਂਟ ਸਟਾਈਲ 'ਚ ਤਿਆਰ ਕਰਵਾ ਲਾਂਗੇ ਮਤਲਬ ਮੇਨ ਆਪਾਂ ਉਹਦੇ 'ਤੇ ਰੱਖਿਆ ਕਰਾਂਗੇ ਸੋ ਹੁਣ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਅਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ